ਵੱਡਾ ਸਿਆਣਾ ਆ ਮੇਰੇ ਮੂਰੇ ਕਾ ਚੌਂ ਲੂਈਆ ਤਰ ਵੀ ਆ ਯਾਰ ਉਹਨੂੰ ਇੱਕ ਭੂਰਾ ਇੱਕ ਸੂਟ ਦੇ ਕੇ ਆਈ ਆ ਯਾਰ ਇਹੋ ਜਿਹੇ ਕਮੈਂਟ ਰੋਜ਼ ਲਾਉਂਦੇ ਭਰਾਵਾ ਮੈਂ ਤਾਂ ਨੀਂਦ ਨਹੀਂ ਲਈ ਜਾਂਦੀ ਪੰਜਾਬੀ ਜਿਹੜੀਆਂ ਪਿਓਰ ਪੰਜਾਬੀ ਮੂਵੀਜ਼ ਨੇ ਨਾ ਦੈਟ ਆਰ ਲਿਟ ਮਤਲਬ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਕਿਹੜੇ ਟਾਈਮ ਕੀ ਡਾਇਲੌਗ ਮੈਂ ਬੜੀ ਸੀਰੀਅਸ ਹੋ ਕੇ ਬੱਜ ਜਦੋਂ ਬੋਲੇ ਹੈਲੋ ਹਾਈ ਵੈਲਕਮ ਟੂ ਆਰ ਨਿਊ ਵਲੌਗ ਤੁਹਾਨੂੰ ਬੈਕਗ੍ਰਾਉਂਡ ਦੇਖ ਕੇ ਪਤਾ ਲੱਗ ਗਿਆ ਹੁਣ ਮੈਂ ਕਿੱਥੇ ਹਾਂ ਮੈਨੇ ਜਾਣਾ ਸੀ ਸਕੂਲ ਜਾਨੂ ਨੂੰ ਛੁੱਟੀਆਂ ਨੇ ਅਤੇ ਇਸ ਚੀਜ਼ ਤੋਂ ਮੈਨੂੰ ਬਹੁਤ ਦੁੱਖ ਆ ਕਿਉਂਕਿ ਮੈਨੂੰ 10th ਲਈ ਐਕਸਟਰਾ ਕਲਾਸਿਸ ਲਈ ਬੁਲਾ ਰਹੇ ਨੇ ਅਤੇ ਜਾਨੂ ਦਾ ਸਿਲੇਬਸ ਕੰਪਲੀਟ ਸੀਗਾ ਦੈਟਸ ਵਾਈ ਜਾਨੂ ਘਰੇ ਆ ਅਤੇ ਮੇਰੇ ਕੋਲ 10th ਆ ਤਾਂ ਕਰਕੇ ਥੋੜ੍ਹਾ ਤੁਹਾਨੂੰ ਪਤਾ ਹੀ ਆ ਫਿਰ ਅਤੇ ਮੈਂ ਸਕੂਲ ਤੋਂ ਸਿੱਧਾ ਨਾ ਮੈਨੇ ਡਰਾਈਵਰ ਅੰਕਲ ਨੂੰ ਕਹਿਤਾ ਸੀਗਾ ਕਿ ਮੈਨੂੰ ਨਜ਼ਰੀਨਾ ਦੇ ਘਰ ਉਤਾਰ ਜਿਓ ਇੱਥੇ ਉਤਾਰ ਗਏ ਸੀ ਇੱਥੋਂ ਹੁਣ ਮੈਂ ਵਲੋਗ ਲਈ ਆਈ ਸੀਗੀ ਸਪੈਸ਼ਲੀ ਅਤੇ ਪਲੀਜ਼ ਅਗਰ ਦੇਖਦੇ ਹੁੰਦੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਸਾਨੂੰ ਵੀ ਕਿਹਾ ਕਰੋ ਕਿਉਂਕਿ ਅੱਜ ਕੱਲ੍ਹ ਹਨਾ ਵਿਊ ਬਹੁਤ ਘੱਟ ਹੋ ਰਹੇ ਆ ਜ਼ਿਆਦਾ ਘੱਟ ਰਿਹਾ ਆਈ ਡੋਨਟ ਨੋ ਕੀ ਚੱਕਰ ਪਿਆ ਐਂਡ ਤੁਸੀਂ ਸੁਜੈਸ਼ਨ ਵੀ ਦੇ ਸਕਦੇ ਹੋ ਅਗਰ ਤੁਹਾਨੂੰ ਕੁਝ ਇਦਾਂ ਲੱਗਦਾ ਕਿ ਇਹ ਚੀਜ਼ ਅੱਛੀ ਨਹੀਂ ਲੱਗ ਰਹੀ ਆਹ ਚੀਜ਼ ਜ਼ਿਆਦਾ ਬੈਟਰ ਲੱਗੂਗੀ ਹਨਾ ਤੁਸੀਂ ਆਪਣੇ ਸੁਜੈਸ਼ਨਸ ਕਮੈਂਟ ਬਾਕਸ ਇਸੇ ਚੀਜ਼ ਲਈ ਹੁੰਦਾ ਪਬਲਿਕ ਓਪੀਨੀਅਨ ਦੇ ਲਈ ਸੋ ਅੱਜ ਅਸੀਂ ਚੈਲੰਜ ਸ਼ੂਟ ਕਰਨਾ ਹੈ ਦੈਟ ਇਜ਼ ਡੂ ਨੋਟ ਲਾਫ ਚੈਲੰਜ ਜਿਹੜਾ ਅਸੀਂ ਪਹਿਲਾਂ ਕਰ ਲਿਆ ਨੇ ਤੁਹਾਨੂੰ ਪਤਾ ਹੀ ਆ ਜਦੋਂ ਅਸੀਂ ਇਕੱਠੇ ਮਿਲਦੇ ਆ ਫਿਰ ਤਾਂ ਹੱਸਣਾ ਹੱਸਣਾ ਹੀ ਹੁੰਦਾ ਆ ਸੋ ਅੱਜ ਪਹਿਲਾਂ ਤਾਂ ਇਹ ਸੋਚਿਆ ਸੀਗਾ ਕਿ ਪਾਣੀ ਮੂੰਹ ਦੇ ਵਿੱਚ ਪਾਣੀ ਰੱਖ ਕੇ ਉਹਦੇ ਅਕੋਰਡਿੰਗ ਕਰਾਂਗੇ ਬਟ ਤੁਹਾਨੂੰ ਸਾਡੇ ਫੇਸ ਦੇਖ ਕੇ ਪਤਾ ਲੱਗ ਰਿਹਾ ਠੰਡ ਬਹੁਤ ਲੱਗ ਰਹੀ ਹੈ ਸੋ ਪਾਣੀ ਵਾਲਾ ਤਾਂ ਨਹੀਂ ਪੋਸੀਬਲ ਲੱਗ ਰਿਹਾ ਬਟ ਯੂ ਕੈਨ ਸੀ ਅਕੋਰਡਿੰਗ ਟੂ ਦਾ ਫੇਸ ਐਕਸਪ੍ਰੈਸ਼ਨਸ ਤੁਸੀਂ ਸਾਡੇ ਫੇਸ ਐਕਸਪ੍ਰੈਸ਼ਨ ਚੈੱਕ ਕਰ ਸਕਦੇ ਹੋ ਲਾਈਕ ਅਸੀਂ ਨਾ ਹੱਸਣ ਦੀ ਕੋਸ਼ਿਸ਼ ਕਰਾਂਗੇ ਸੋ ਜਾਨੂ ਕੋਲੇ ਕੁਝ ਵੀਡੀਓਸ ਨੇ ਇਹਨੇ ਸੇਵ ਕਰਕੇ ਰੱਖੇ ਹੋਏ ਨੇ ਕੁਝ ਮੈਨੇ ਸੋ ਅਸੀਂ ਇੱਕ ਦੂਸਰੇ ਨੂੰ ਦਿਖਾਉਂਦੇ ਪਹਿਲਾਂ ਜਾਨੂ ਤੋਂ ਸਟਾਰਟ ਕਰਦੇ ਹਾਂ ਜਾਨੂ ਮੈਨੂੰ ਕੋਈ ਵੀਡੀਓ ਸ਼ੋਅ ਕਰੂਗੀ ਐਂਡ ਉਹ ਵੀਡੀਓ ਅਸੀਂ ਨਾਲ ਹੀ ਪਿਨਅਪ ਕਰਦੇ ਜਾਵਾਂਗੇ ਵੀਡੀਓ ਸੈਕਸ਼ਨ ਦੇ ਵਿੱਚ ਸੋ ਦੈਟ ਤੁਹਾਨੂੰ ਵੀ ਪਤਾ ਲੱਗ ਜੇ ਕੀ ਸੀਗਾ ਨਾਓ ਯੂ ਕੈਨ ਜੱਜ ਫਰੋਮ ਦਾ ਐਕਸਪ੍ਰੈਸ਼ਨ ਮੈਂ ਵੀ ਦੇਖ ਕੇ ਰੱਖਦੀ ਹਾਂ ਪਹਿਲਾਂ ਹੀ ਮੇਰੇ ਕੋਲ ਨਾ ਸੇਵ ਨਹੀਂ ਹੈਗੀ ਆ ਮੈਨੇ ਮੇਰੇ ਇੰਸਟਾ ਦੇ ਚੈਟ ਬਾਕਸ ਦੇ ਵਿੱਚੋਂ ਮੈਨੇ ਲੋਕਾਂ ਨੂੰ ਫਨੀ ਮੀਮਸ ਹੀ ਸੈਂਡ ਕੀਤੇ ਹੁੰਦੇ ਆ ਮੈਂ ਇਹਨਾਂ ਦੇ ਵਿੱਚੋਂ ਹੀ ਦਿਖਾਉਂਗੀ ਲਾਫਿੰਗ ਸੈਸ਼ਨ ਬਟ ਉਹ ਕਿਊਟ ਜ਼ਿਆਦਾ ਸੀ ਮੈਨੂੰ ਕਿਊਟਨੈਸ ਫੀਲ ਹੋ ਰਹੀ ਸੀ ਇਹ ਵੀਡੀਓ ਦੇ ਵਿੱਚ ਅਗਲੀ ਜੀ ਦੇਖੀ ਜਾਂਦੀ ਜੀ ਹੁੰਦਾ ਇਹਨੀਆਂ ਨੇ ਲੰਮੇ ਹੱਥੇ ਕਰੀ ਜਾਣਾ ਹੈ ਬਾਹਰ ਹੱਥ ਕਰਨਾ ਨਹੀਂ ਹੱਥ ਕਰੀ ਜਾਣਾ ਹੈ ਤੇ ਤੂੰ ਲੈਣੀ ਮੰਨਣੀ ਹੈ ਮੈਂ ਦੂੰਗੀ ਮਮੇ ਜੱਟਾ ਸੱਲਾ ਕਸਮ ਦੀ ਵੀਡੀਓ ਤੇ ਤੇ ਤਾਂ ਤੁਸੀਂ ਸਾਈਡ ਤੇ ਦੇਖ ਲਈ ਹੋਊਗੀ ਵੀਡੀਓ ਹੀ ਐਸੀ ਆ ਮੈਨੂੰ ਚੈਲੰਜ ਭੁੱਲ ਗਿਆ ਅਜੀਬ ਹੈ ਕੋਈ ਮੇਰੇ ਵਰਗਾ ਆਦਮੀ ਨਹੀਂ ਹੈ ਨਾ ਸੁਰ ਨਾ ਤਾਂ ਨਹੀਂ ਜਾਣੂ ਅਜੀਬ ਹੀ ਹੈ ਇਹ ਮੈਂ ਕਹਿੰਦੀ ਹੁੰਦੀ ਹਾਂ ਕਿ ਜਿਨ੍ਹਾਂ ਦੀ ਵੀਡੀਓ ਅੱਛੀ ਨਹੀਂ ਬਣਦੀ ਕਿ ਮੇ ਬੀ ਉਹ ਭੋਲੇ ਭਾਲੇ ਹੁੰਦੇ ਆ ਚਲ ਕੋਈ ਨਾ ਉਹਨਾਂ ਨੂੰ ਪਤਾ ਨਹੀਂ ਬਟ ਇਹਨਾਂ ਨੂੰ ਵੀ ਸਪੈਸ਼ਲ ਸੁਜੈਸ਼ਨ ਕੇ ਬਣਾਉਣੀ ਚਾਹੀਦੀ ਡਾਊਨਲੋਡ ਕੀਤੀ ਸੀਗੀ ਮੈਨੂੰ ਲੱਗਦਾ ਇਹ ਮਿਲੀਅਨ ਦੇ ਵਿੱਚ ਲੋਕਾਂ ਨੇ ਦੇਖੀ ਹੋਈ ਸੀਗੀ ਹਾਂ ਜਾਨ ਦਾ ਬਰਥਡੇ ਹੋ ਗਿਆ ਨਾ ਉਹਦੇ ਲਈ ਨਹੀਂ ਹੁਣ ਤਾਂ ਮੇਰਾ ਸੇਮ ਹੀ ਆ ਥੋੜਾ ਟਾਈਮ ਦਾ ਫਰਕ ਹੈ ਸਾਨੂੰ ਕੇਕ ਨਾ ਸਮੋਸੇ ਸਾਨੂੰ ਕੇਕ ਨਾ ਸਾਨੂੰ ਕੇਕ ਨਾ ਸਮੋਸੇ ਤੂੰ ਦਵਾ ਹਾਏ ਅੱਜ ਤੇਰਾ ਹੈਪੀ ਬਰਥਡੇ ਆ ਉਹ ਅੱਜ ਤੇਰਾ ਹੈਪੀ ਬਰਥਡੇ ਆ ਸਾਨੂੰ ਥੋੜੀ ਥੋੜੀ ਸਾਨੂੰ ਥੋੜੀ ਮਾੜੀ ਸਾਨੂੰ ਥੋੜੀ ਥੋੜੀ ਸਾਨੂੰ ਮਾੜੀ ਮਾੜੀ ਸਾਨੂੰ ਥੋੜੀ ਥੋੜੀ ਕੋਕ ਵੀ ਪਿਆ ਹਾਏ ਅੱਜ ਤੇਰਾ ਹੈਪੀ ਬਰਥਡੇ ਆ ਲੋਕਾਂ ਸ਼ਰਮ ਤਾਂ ਨਹੀਂ ਆਉਂਦੇ ਹਾਂ ਨਿਆਣੀ ਆ ਇਹ ਘੋੜੀ ਆ ਬੈਠਾ ਨੇ ਇਹਦੀਆਂ ਕੰਮ ਕਹਿੰਦਾ ਤਾਂ ਮੌਤ ਪੈ ਜਾਂਦੀ ਹੈ ਹੈ ਆਪਾਂ ਨਹੀਂ ਕਰ ਸਕਦੇ ਨੋ ਲਾਫਿੰਗ ਵਾਲਾ ਚੈਲੰਜ ਲਾਈਕ ਇਹ ਮੂਵੀ ਦੇ ਵਿੱਚ ਮੇ ਵੀ ਆਰਮੀ ਵਿਰਕ ਨੂੰ ਉਹਦਾ ਕ੍ਰਸ਼ ਦਿਖਾਇਆ ਗਿਆ ਆਬਵੀਅਸਲੀ ਤੁਹਾਡੇ ਮੰਮਾ ਆ ਤੁਹਾਡੇ ਦਾਦੀ ਤੁਹਾਨੂੰ ਤੁਹਾਡੇ ਕ੍ਰਸ਼ ਦੇ ਸਾਹਮਣੇ ਕਹੇ ਘੋੜੀ ਹਾਸੀ ਹੋਊਗੀ ਹੋਰ ਕੀ ਪੰਜਾਬੀ ਜਿਹੜੀਆਂ ਪਿਓਰ ਪੰਜਾਬੀ ਮੂਵੀਜ਼ ਨੇ ਨਾ ਦੈਟ ਆਰ ਲਿਟ ਮਤਲਬ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਕਿਹੜੇ ਟਾਈਮ ਕੀ ਡਾਇਲੌਗ ਮੈਂ ਬੜੀ ਸੀਰੀਅਸ ਹੋ ਕੇ ਤੇ ਬੱਜੇ ਤੋਂ ਬੋਲੇ ਦੈਟ ਇਜ਼ ਅਨਫ ਹੱਸਣ ਦੇ ਲਈ ਉਹਦੇ 'ਚ ਤੁਸੀਂ ਚੁੱਪ ਨਹੀਂ ਰਹਿ ਸਕਦੇ ਓਕੇ ਨੈਕਸਟ ਇਜ਼ ਮਾਈਨ ਪਹਿਲਾਂ ਮੈਂ ਦਿਖਾਉਂਗੀ ਉਹ ਗਾਣਾ ਗਾ ਰਿਹਾ ਆ ਜਾ ਚੰਦਾ ਬਾਹੋਂ ਮੇ ਉਹ ਨਹੀਂ ਸੀ ਗਾਣਾ ਉਹ ਪਿੱਛੇ ਉਹਦਾ ਕੋਈ ਫਰੈਂਡ ਹੈ ਵੈਡਿੰਗ ਦੇ ਵਿੱਚ ਆਏ ਨੇ ਉਹਦਾ ਸੀਰੀਅਸ ਹੋ ਕੇ ਇੱਕ ਰੋਮਾਂਟਿਕ ਮੂਡ ਦੇ ਵਿੱਚ ਗਾਣਾ ਗਾ ਰਿਹਾ ਉਹਦਾ ਫਰੈਂਡ ਪਿੱਛੇ ਕਹਿੰਦਾ ਆ ਜਾ ਰਿਹਾ ਚੰਦਾ ਆ ਜਾ ਜਾ ਇਹ 'ਚ ਸਾਨੂੰ ਵਿਨ ਕਰ ਗਈ ਇਹਦਾ ਇੱਕ ਸਕੋਰ ਹੋ ਗਿਆ ਕਿਸੇ ਹੱਸੀ ਨਹੀਂ ਨੈਕਸਟ ਜਿਹੜੀ ਵੀਡੀਓ ਹੁਣ ਮੈਂ ਨੈਕਸਟ ਦਿਖਾਉਣ ਵਾਲੀ ਹੈ ਬਹੁਤ ਹੀ ਹੁਣ ਫੇਮਸ ਜਿਹਾ ਸੀਰੀਅਲ ਹੈ ਪਾਕਿਸਤਾਨੀ ਨਾਮ ਹੈਗਾ ਇਹ ਜ਼ਿੰਦਗੀ ਇੱਕ ਪਹੇਲੀ ਅਤੇ ਉਹਦੇ ਵਿੱਚ ਨਾ ਇੱਕ ਲੇਡੀ ਦਾ ਗੁਆਂਢਣ ਬਹੁਤ ਮਤਲਬ ਖਰਾਬ ਜਿਹਾ ਰੋਲ ਦਿਖਾਇਆ ਹੋਇਆ ਉਹ ਨਾ ਮਤਲਬ ਜਦੋਂ ਉਹਦਾ ਰਿਸ਼ਤਾ ਆਉਂਦਾ ਹੈ ਤਾਂ ਉਹ ਇੱਕ ਡਾਇਲੋਗ ਮਾਰਦੀ ਉਹ ਡਾਇਲੋਗ ਦਿਖਾਉਂਗੀ ਉਹਨਾਂ ਨੂੰ ਕੀ ਹੈ
ਰਿਸ਼ਤਾ ਆਉਂਦਾ ਹੈ ਤਾਂ ਨਾ ਉਹ ਰਿਸ਼ਤਾ ਲੈ ਕੇ ਮਤਲਬ ਗੱਡੀ ਸਾਰੀ ਗੱਡੀ ਦੇ ਵਿੱਚ ਆਉਂਦੇ ਆ ਗੱਡੀ ਨੂੰ ਕੀ ਰਿਐਕਟ ਦਿੰਦੀ ਆ ਉਹ ਵਾਲਾ ਹੈ ਸੌਂ ਕੇ ਘਰ ਕੇ ਬਾਹਰ बड़ी सारी लंबी चौड़ी गाड़ी आई। अरे उसमें से दो औरतें बाहर निकली, अमीर थी ये सोने पहने हुए और निशान गाड़ी थी। दर्शन ही ऐसे यार, दैट्स गुड, अच्छी सी। पहला हूं मैं शो करूंगी, ये रिपोर्टर आला को पिंड च रिपोर्टर बने हुआ। देखिए दोस्तों, ये जो आदमी आ रहा है ये खत्म है, खत्म है। और भाई साहब क्या हाल है? मैंने खुद ने नहीं तो ये वीडियो मैंने पिन नहीं करनी, बिकॉज मेरी खुद ही लस्सी हो गई, तो मैंने बहुत बचा के रखी हुई सी। देखी मैं भी नहीं हुई है वीडियो यार, बहुता औखा पेपर ही तेरा कदा दा यार। यार समरी रह गई है। समरी भी आई यार, वो दूजा पेज मेरा रह गया यार। दूजा पेज भी आएगा ही हो गए यार। यार ये पेपर भी ना पंजाबी दा ही पेपर आयो, मैं एग्जैक्टली लाइक साडे 10th वाले ना, साडे पूरे 10th वाले स्टूडेंट सारे नहीं। मैं कह रही गुस्सा भी ना कर जट, दो चार रह गया जेड़े एग्जैक्टली लाइक दैट, इन्हें पता ही नहीं हुंदा कि हो की रिएक्ट कर रहा है। दे शायद सेम। ओके नेक्स्ट मैं दिखानी है जानू। मैं ये चैनल पहले ही दस दिनी हूँ जो सा ब्लॉगिंग चैनल रब करे ने चल जाए, हूँ तो अभी बड़ा सीरीयस होकर लगे हुए। प्लीज थोड़ा जे कुछ गड़बड़ हुई टीचिंग तो अभी इन्ना हक चुके, मैंने छड़ के आई करना है तो जानू ना लगाऊंगी। मैं इस बेसिस से इन्हें वीडियो दिखा रही हूँ। नया साबुन ला कर दे रही है, मग्गा बाल्टी, फिर क्यों नहीं नहाएगा? अरे बोलना, मुंह में केला फंस गया है क्या? नहीं नहाऊंगा, ठंड लगती मुझे। अरे नहा ले भाई वरना बॉडी से स्मेल आने लगेगी। नहीं मैं नहीं नहाऊंगा। अरे अर्जुन भैया, तुम्हारी मम्मी ने पानी गर्म कर दिया, ठंडा हो जाएगा, जल्दी चलो। अरे जल्दी चलो वरना मम्मी मारेगी। अरे तू भी चल वरना मम्मी से बहुत पिटेगा आज। हाँ जा पिटने दे, तब भी नहीं नहाऊंगा। अट मट, तू भी सीरियस है तो ज्यादा नहीं, ज्यादा हंसी नहीं है। सेल्फ डिफेंस गाइस, आप कभी भी ऐसे सिचुएशन में फंस जाएं तो आपको सेल्फ डिफेंस के लिए सिर्फ इतना करना है कि उनका हाथ पकड़ना है, उल्टा घुमा के कोहनी सब तो ज्यादा बेइज्जती दा उस दिन होई सी। एटा मेरे ना होया होया, क्लास दी सब तो सोहनी कुड़ी साडे घर आई ते बेबे बुआ खोल के कहंदी ओ तो ओदा टट्टी बैठा। ਬੜਾ ਨਾ ਗੰਦਾ ਫੀਲ ਹੁੰਦਾ ਜਦ ਆਪਣੇ ਮੰਮਾ ਕਿਸੇ ਨੂੰ ਦੱਸ ਦੇਣਿਆ। ਸਹੀ ਗੱਲ ਹੈ, ਇਹ ਮੇਰੇ ਮੰਮਾ ਐ ਵੀ ਕਹਦੇ ਕਿ ਸਾਡੇ ਵਾਸ਼ਰੂਮ ਤੇ ਦੋ ਹਾਂ ਇੱਕ ਇੱਕ ਸਰ ਸਕਦੇ ਵਾਸ਼ਰੂਮ ਜਾਂ ਮੇਰੇ ਮੰਮਾ ਨੂੰ ਕਿਸ ਦੀ ਕਾਲ ਆਵੇ ਕਿ ਪੁੱਤਾਂ ਤਾਂ ਪੋਟੀ ਗਈ। ਜਨੂ ਆ ਦੇਖ ਤੂੰ ਤੂੰ ਨਾ ਜਿਹੜਦੀ ਫਿਰੇ ਤਾਂ ਕਿ ਤੱਕ ਮੈਨੂੰ ਕੋਈ ਲੱਗੀ ਨਹੀਂ। ਹਾਂ ਨੈਕਸਟ ਇਜ਼ ਇਹ ਮੈਂ ਰਾਤ ਨਵੂ ਨੂੰ ਵੀ ਦਿਖਾਈ ਸੀ। ਦੇਖੀ ਬੋਲਦੇ ਨੇ ਹਾਂ ਝੂਠ ਲੈ ਕੇ ਲੋੜੀ ਆ ਰਹੀ ਹੈ। ਝੂਠ ਪਲੇਨ ਚ ਲਿਆ ਕੇ ਦਮਾ ਸਾਈਕਲ ਤੇ ਪਾਗ ਜੀ सोहनी लगदी तू सारिया तो वखनी, तेरा झूठे खांदा लकनी। ਹਾਂ
ਨੈਕਸਟ ਮੈਂ ਜਾਨੂੰ ਨੂੰ ਦਿਖਾਉਣੀ ਆ ਵੀ ਜੇ ਆਪਾਂ ਛੋਟੇ ਹੁੰਦੇ ਵਲੌਗਿੰਗ ਸਟਾਰਟ ਕਰਦੇ ਉਹ ਵਾਲੀ ਵੀਡੀਓ ਅੱਜ ਤੋਂ ਤਾਂ ਅਸੀਂ ਸਟਾਰ ਹੁੰਦੀਆਂ ਹਾਂ ਹਮ ਕਹੀਂ ਜਾ ਰਹੇ ਹਾਂ ਮੇਰੀ ਮੌਸੀ ਦਾ ਘਰ ਜਾ ਰਹੇ ਮੌਸੀ ਦਾ ਸਾਡੀ ਹੋ ਰਹਾ ਹੈ ਨਾ ਇਸ ਲਈ ਇਹ ਲੋਕ ਛੱਡ ਝੱਟ ਕੇ ਜਾ ਰਹੇ ਹਨ ਤੇ ਮਿਲੀ ਪਰੀ ਸੇ ਹੈਲੋ ਜਾਨੂੰ ਤੋ ਮੇਰੀ ਨਾਨੀ ਘਰ ਜਾ ਰਹੇ ਹਾਂ ਸਾਡੀ ਮੌਸੀ ਦਾ ਆਟੋ ਆਟੋ ਸਾਡੀ ਕਾ ਮੌਸੀ ਸਾਡੀ ਕਾ ਮੌਸੀ ਦਾ साल एक दुध भी देंदी इन्हें की देना मेनू चल माता 1200 दा ला दू तेन 120 रुपये देने नहीं इदे तत नहीं होना नहीं देने तेरी मर्जी चल 700 देने काम मेरे माता हूं तेरी ना मेरी ना कोई नहीं 700 120 देने हूने पैक कर दे नाल ही ले आऊंगी फिर देने के नहीं देने नहीं मैं चली हूं चल फड़ा 120 माता कौन हूं वे 16 साल की जवान कुड़ी हाले मैं नाले मेरा घंटा खराब करता जे 120 का देना ही पहले मान जाता जे पहला तेन 120 का कहने का तू तो फ्री लेना ही नेक्स्ट मैं दिखाऊंगी अंदर ना करा दी नौ दस बड़ा सिया मेरे मूहे घर उल्लू जा तड़के पुलिस आए खड़े मार के ਸੰਗਰੂਰ ਨਾ ਵਿੱਚ ਦੀ ਜਾਣਾ ਉਹ ਜਿਹੜਾ ਦਿੜਬੇ ਤੋਂ ਅੰਦਰ ਨੂੰ ਨਹੀਂ ਮੁੜਦਾ ਬਾਜ਼ਾਰ ਚ ਉਧਰ ਦੀ ਉਹ ਮੇਰੀ ਗੱਲ ਤਾਂ ਪੂਰੀ ਸੁਣ ਲਓ ਕੱਲ ਇੱਕ ਕੁੜੀ ਦਾ ਮੈਸੇਜ ਆਇਆ ਕਹਿੰਦੀ ਥੋੜੀ ਸਮਾਈਲ ਬਹੁਤ ਸੋਹਣੀ ਆ ਮੈਂ ਨਾਲ ਦੀ ਨਾਲ ਪ੍ਰੋਟੋਕਾਲ ਘਮਾ ਕੇ ਉਹਦੀਆਂ ਲੋਕੇਸ਼ਨਾਂ ਟਰੈਕ ਕਰਾਈਆਂ ਨੇ ਉਹ ਸੁਰੂ ਰਹੀ ਵੀ ਆ ਯਾਰ ਉਹਨੂੰ ਇੱਕ ਭੂਰਾ ਇੱਕ ਸੂਟ ਦੇ ਕੇ ਆਈ ਆ ਯਾਰ ਇਹੋ ਜਿਹੇ ਕਮੈਂਟ ਰੋਜ਼ ਰੋਜ਼ ਲਾਉਂਦੇ ਭਰਾਵਾ ਮੈਨੂੰ ਤਾਂ ਨੀਂਦ ਨਹੀਂ ਲਈ ਜਾਂਦੀ ਯਾਰ ਸਾਡੀ ਸਮੈਲ ਸੋਹਣੀ ਯਾਰ ਮੈਂ ਉਹਨੂੰ ਕੁੜੀ ਨੂੰ ਫੇਰ ਪੁੱਛਿਆ ਮੈਂ ਤੂੰ ਕੋਈ ਹੋਰ ਤਾਂ ਨਹੀਂ ਦੇਖ ਲਿਆ ਆਈ ਥਿੰਕ ਇਹ ਮੋਹਾਲੀ ਨੇ ਸ਼ਾਇਦ ਆਈ ਡੋਟ ਨੋ ਮੈਨੇ ਇੰਸਟਾ 'ਤੇ ਫੋਲੋ ਕੀਤਾ ਬੜਾ ਮਨਮੌਜੀ ਜਿਹੇ ਨੇ जो थोनू पसंद आ रहा बना नहीं पा रहे मे बी कुछ चीजा ना बड़ा बिगड़ रही मेरी आईज च इफेक्ट पैन लग गया मैं ਜਾਨੂੰ ਕੋਲੇ ਆਉਣਾ ਬੰਦ ਕਰਤਾ ਕਿਉਂਕਿ ਟਿਊਸ਼ਨ ਬੰਦ ਹੋ ਗਈ ਸੀਗੀ ਜਾਨੂੰ ਦਾ ਵੀ ਟਾਈਮ ਨਹੀਂ ਲੱਗਦਾ ਇਕੱਠੇ ਹੀ ਨਹੀਂ ਹੁੰਦੇ ਮੇ ਬੀ ਇਹ ਚੱਕਰ ਹੋ ਸਕਦਾ ਬਹੁਤ ਡਿਫਰੈਂਸ ਹੈ ਦੋਨਾਂ ਦੇ ਹਾਂ ਮੇਨ ਜੇ ਕਿਤੇ ਬਾਈ ਚਾਂਸ ਆਟ ਤੋਂ ਪਹਿਲੇ ਕਿ ਚਲੇ ਜਾਈਏ ਉਹਨੇ ਉਹ ਸਾਡੀ ਧਰ ਦੂਜੇ ਪਾਸੇ ਕਰ ਦਿੰਦਾ ਤੁਸੀਂ ਇਹ ਦੇਖੋ ਤੁਸੀਂ ਕੱਢ ਕੇ ਦੇਖ ਲਿਓ ਲਾਈਕ ਮਲੇਰਕੋਟਲਾ ਕਿੱਡਾ ਵੱਡਾ ਉਹਦੀ ਇੱਕ ਹੱਦ ਤੇ ਜਾਨੂੰ ਦਾ ਘਰ ਹੈ ਉਹ ਜਾ ਕੇ ਦੂਸਰੀ ਤੇ ਮੇਰਾ ਮਲੇਰਕੋਟਲਾ ਜਿੱਥੋਂ ਸ਼ੁਰੂ ਹੁੰਦਾ ਤੇ ਜਿੱਥੇ ਖਤਮ ਹੁੰਦਾ ਇੰਨਾ ਡਿਫਰੈਂਸ ਹੈ ਸਾਡੇ ਘਰ ਦਾ ਫਿਰ ਵੀ ਟਰਾਈ ਕਰਦੇ ਹਾਂ ਅੱਜ ਮੈਂ ਇੱਥੇ ਆ ਗਈ ਕੱਲ ਨੂੰ ਜਾਨੂੰ ਆਊਗੀ ਸੋ ਟਰਾਈ ਕਰ ਰਹੇ ਹਾਂ ਤੁਹਾਡੇ ਲਈ ਜੋ ਹੋ ਸਕਿਆ ਹੈ ਨਾ ਤੁਸੀਂ ਆਪਣਾ ਸਜੈਸ਼ਨ ਵਧੀਆ ਹੀ ਦਵਾਂਗੇ ਸਾਰੇ ਵਲੌਗ ਤੁਹਾਨੂੰ ਇਕੱਠੇ ਹੀ ਦਵਾਂਗੇ ਤੋ ਅਗਰ ਤੁਹਾਨੂੰ ਇਹ ਵਾਲਾ ਵਲੌਗ ਅੱਛਾ ਲੱਗਿਆ ਲਾਈਕ ਚੈਲੰਜ ਅੱਛਾ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਐਂਡ ਸਾਨੂੰ ਆਪਣੇ ਵੈਲਿਊਏਬਲ ਓਪੀਨੀਅਨਸ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਆਪਣੇ ਸਜੈਸ਼ਨਸ ਵੀ ਦੇ ਸਕਦੇ ਹੋ ਕਿ ਅੱਗੇ ਸਾਨੂੰ ਕਿੱਦਾਂ ਦੇ ਵਲੌਗਸ ਜਾਂ ਕਿੱਦਾਂ ਦੇ ਚੈਲੰਜਸ ਬਣਾਉਣੇ ਚਾਹੀਦੇ ਹੁਣ ਤਾਂ ਵੈਸੇ ਵੀ ਛੁੱਟੀਆਂ ਨੇ ਹਨਾ ਫ੍ਰੀ ਹੁੰਦੇ ਹੋ ਘਰ ਸਾਰਾ ਦਿਨ ਦੇਖੀ ਜਾਏ ਕਰੋ ਸਾਨੂੰ ਬਸ ਕਿਉਂਕਿ ਵੀ ਜਦੋਂ ਨਾ ਉਹਦਾ ਮਤਲਬ ਕਿਸੇ ਵੀਡੀਓ ਨੂੰ ਕੋਈ ਵਧੀਆ ਜਾਂਦੀ ਹੁੰਦੀ ਆ ਫਿਰ ਸਾਡਾ ਵੀ ਦਿਲ ਕਰਦਾ ਹੈ ਹੋਰ ਵਧੀਆ ਵਧੀਆ ਕਰਨੂੰ ਜਦੋਂ ਲਾਈਕ ਤੁਸੀਂ ਵੀ ਨੋਟ ਕੀਤਾ ਹੋਊਗਾ ਜਦੋਂ ਟੀਚਰਸ ਡੇ ਸੀਗਾ ਟੀਚਰਸ ਡੇ ਦੀਆਂ ਵੀਡੀਓਜ਼ ਬੜੀਆਂ ਅੱਛੀਆਂ ਆਈਆਂ ਉਸ ਤੋਂ ਬਾਅਦ ਅਸੀਂ ਇੱਕ ਦੋ ਲਾਈਕ ਟ੍ਰਿਪ ਤੇ ਵੀ ਗਏ ਆ ਅਸੀਂ ਸਪੈਸ਼ਲੀ ਹੈ ਨਾ ਇੱਕ ਦੋ ਜਗ੍ਹਾ ਅਸੀਂ ਸਪੈਸ਼ਲ ਜਾਂਦੇ ਹੁੰਦੇ ਸੀ ਬਿਲਕੁਲ ਬਾਹਰ ਵੀ ਸਾਡਾ ਵੀ ਦਿਲ ਨਹੀਂ ਕਰਦਾ ਹਾਂ ਅੱਜ ਇਵਨ ਜਾਨੂੰ ਨੇ ਕੱਲ ਮੈਨੂੰ ਕਾਲ ਕੀਤੀ ਸੀ ਲਾਈਕ ਬਹੁਤ ਅੱਕ ਕੇ ਜੇ ਪਲਾਨ ਬਣਿਆ ਵੀ ਮੈਂ ਘਰੇ ਆਉਂਗੀ ਅਦਰਵਾਈਜ਼ ਮਨ ਹੀ ਨਹੀਂ ਕਰਦਾ ਹੁਣ ਐ ਹੁੰਦਾ ਵੀ ਯਾਰ ਕਿ ਛੱਡੋ ਬਣਾ ਕੇ ਬਸ ਵਧੀਆ ਵਧੀਆ ਵਲੌਗ ਬਣਾਵਾਂਗੇ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਠੰਡ ਤੋਂ ਬਚੇ ਰਹੋ ਹਾਂ ਮੇਨ ਹੋ ਵੀ ਗਈ ਠੰਡ ਲੱਗ ਵੀ ਗਈ ਕਿਉਂਕਿ ਅੱਜ ਸੁਬਹ ਸੁਬਹ ਤੋਂ ਅੰਦਰ ਜਾਣਾ ਪਿਆ ਸੋ ਅਗਰ ਅੱਛਾ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਦੇ ਹੋ ਮਿਲਦੇ ਹੋ ਕਿਸੇ ਨਿਊ ਵਲੌਗ ਦੇ ਨਾਲ ਬਾਏ ਬਾਏ